ਮਤਲਬ ਕਿ ਇੱਕ ਤਰ੍ਹਾਂ ਤੁਸੀਂ ਟੈਂਪਰੇਰੀ ਸ਼ੈਲਟਰ ਬਣਾ ਰਹੇ ਹੋ ਉੱਥੇ। ਹਾਂ ਇਹ ਨਾਈਟ ਸ਼ੈਲਟਰ ਹੈ, ਨਾਈਟ ਸ਼ੈਲਟਰ ਟੈਂਪਰੇਰੀ ਕੀ ਪੱਕਾ ਹੀ ਬਣ ਜੂ, ਇਹਦੇ ਤੇ ਕਿਹੜਾ ਘੱਟ ਲੱਗਣਾ, 1 ਕਰੋੜ ਰੁਪਈਆ ਇਹਦੇ ਤੇ ਲੱਗ ਜਾਣਾ। ਮੇਰੇ ਵਰਗਾ ਕੋਈ ਹੁੰਦਾ ਅਗਲਾ ਕਹਿੰਦਾ ਦੁਕਾਨ ਪਾ, ਦੁਕਾਨ ਜੋਗੇ ਥਾਂ ਮਿਲ ਜੇ ਇਮਜ ਨਾਲ ਯਾਰ, ਉੱਥੇ ਸੈੱਲ ਲਾਇਆ ਕਰਾਂਗੇ, ਵਾਧੂ ਪੈਸੇ ਕਮਾਇਆ ਕਰਾਂਗੇ। ਸਾਰਾ ਕੁਛ ਕਰਨਾ ਤਾਂ ਪੈਸੇ ਵਾਸਤੇ ਸੀ ਨਾ। ਬਿਲਕੁਲ, ਵੀ ਪੈਸਾ ਕਮਾਉਣਾ, ਅਤੇ ਪੈਸੇ ਦੀ ਮੈਨੂੰ ਲਾਲਸਾ ਹੀ ਨਹੀਂ। ਮੈਂ ਪਹਿਲਾਂ ਅੱਜ ਤੋਂ ਪਹਿਲਾਂ ਹਰ ਬਾਰ ਰੁਪਈਆਂ ਦੇ ਕੰਮ ਕਰ ਲਏ। ਕੁਝ ਲੋਕ ਹੀ ਪਏ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ 5-7 ਪੀੜ੍ਹੀਆਂ ਦਾ ਜੋੜੀ ਬੈਠੇ, ਉਹਨਾਂ ਤੋਂ ਹਜੇ ਪੈਸੇ ਦੀ ਭੁੱਖ ਮੁੱਕੀ ਨਹੀਂ। ਤੁਹਾਡੇ ਜੋ ਕਿਵੇਂ ਮੁੱਕ ਗਈ ਫਿਰ? ਜਾਂ ਤਾਂ ਤੁਸੀਂ ਅੰਦਰ ਹੀ ਲਾ ਲਓ। ਮੈਂ ਕਿਹਾ ਚਲੋ ਤੁਸੀਂ ਜਾਇਜ਼ ਦਿਓ, ਆਪਾਂ ਤਾਂ ਅੰਦਰ ਲਾ ਲੈਂਦੇ ਹਾਂ, ਅਤੇ ਫਿਰ ਉਹ ਇੱਕ ਗੈਨੀ ਤੋਂ ਅੰਦਰ ਆਪਾਂ ਜਾਣ ਲੱਗ ਗਏ। ਲੋਕ ਟੀਚਰਾਂ ਕਰਦੇ ਸੀ ਭੇਡਾ ਯਾਰ ਫੈਕਟਰੀ ਦਾ ਮਾਲਕ ਹੈ, ਉਹ ਹੈ ਫਲਾਣਾ, ਉਹ ਘੁਆਉਂਦਾ ਸੀ ਆਪਣੇ ਆਪ ਨੂੰ, ਅਤੇ ਉਹ ਵੇਖ ਲਾ ਉੱਥੇ ਕਿੰਨੀ ਚਾਹ ਦੀ ਲੈ ਕੇ ਬੈਠੇ ਸੀ ਲੋਕ ਵੀ। ਵੀ ਜਦੋਂ ਹੁਣ ਕੋਈ ਭੁੱਖੇ ਆ ਜਾਂਦੇ ਦੂਰੋਂ, ਅਤੇ ਉਹ ਕਹਿੰਦੇ ਵੀ ਬਾਬਾ 2 ਕੁ ਪ੍ਰਸ਼ਾਦੇ ਹੀ ਯਾਰ, ਭਾਵੇਂ 4 ਨਾ ਦੇ ਦਿਆ ਕਰ, 1-1, 2-2 ਪ੍ਰਸ਼ਾਦੇ ਜਿਵੇਂ ਹੁਣ ਦੁਪਹਿਰੇ ਕੋਈ ਖਾਣ ਨੂੰ ਨਾ ਮਿਲਦਾ, ਉਹ ਫਿਰ ਮਨ 'ਚ ਐਂ ਹੋਇਆ ਵੀ 5-10 ਕਿਲੋ ਆਟੇ ਦੇ ਸ਼ੁਰੂ ਕਰ ਲਿਆ। ਇਹਦੇ ਮਨ ਵੀ 2 ਹੁੰਦੇ ਆ ਨਾ, ਇੱਕ ਕਹਿੰਦਾ ਛੱਡ ਪਰ, ਇੱਕ ਕਹਿੰਦਾ ਕਰ ਲਾ। ਜਾਂ ਕਈ ਵਾਰੀ ਮੇਰੇ ਵਰਗੇ ਬੰਦੇ ਪੁੱਠੀਆਂ ਸਲਾਹਾਂ ਦੇ ਨਾਲ ਵੀ ਕਹਿੰਦਾ ਵੀ ਛੱਡ ਯਾਰ, ਕਾਹਦੇ ਵਾਸਤੇ ਬੁੱਢੀ ਉਮਰ 'ਚ ਮੱਥਾ ਮਾਰੀਆਂ। ਹੁਣ ਕਈ ਲੋਕ ਤਾਂ ਇਹ ਢਕਵਾਂ 'ਚ ਕਰਦੇ ਸੀ ਵੀ ਇਹਨੇ ਨਿਸ਼ਾਨ ਸਾਹਿਬ ਐਂ ਲਾਇਆ ਵੀ ਇੱਥੋਂ ਏ ਮਈ ਤੋਂ ਇਹ ਰਸਤਾ ਲੈ ਲੂ, ਰਸਤਾ ਲੈ ਕੇ ਅਤੇ ਆਪਦੀ ਜ਼ਮੀਨ 'ਤੇ ਮਹਿੰਗੇ ਭਾਅ ਦੇ ਪਲਾਟ ਕੱਟੂ ਅਤੇ ਇੱਥੇ ਮਾਰਕੀਟਾਂ ਬਣਾ ਦੂਗਾ। ਅਤੇ ਬਸ ਇਹਦਾ ਇਹ ਹੈ ਵੀ ਗੁਰਦੁਆਰੇ ਨੂੰ 5-10 ਮਰਲੇ ਛੱਡ ਦੂਗਾ, ਹੋਰ ਇਹ ਕੀ ਕਰਨਾ ਇਹਨੇ। ਜਦੋਂ ਬੰਦੇ ਦਾ ਭੋਗ ਪੈ ਜਾਂਦਾ ਨਾ, 10 ਦਿਨਾਂ ਬਾਅਦ ਸਕਾ ਧੀ ਪੁੱਤ ਵੀ ਭੁੱਲ ਜਾਂਦਾ ਵੀ ਸਾਡੇ ਬਾਪੂ ਨੇ ਕੁਛ ਕੀਤਾ। ਵੀ ਡਾਕਟਰ ਕਹਿ ਦਿੰਦੇ ਛੁੱਟੀ ਲੈ ਜਾਓ 3 ਦਿਨਾਂ ਨੂੰ, ਫਿਰ ਆਇਓ। ਹੁਣ ਫਿਰ 3 ਦਿਨਾਂ ਨੂੰ ਆਉਣਾ ਹੈ ਅਤੇ ਜਾਣਾ ਵੀ ਹੈ। ਅੱਜ ਕੱਲ੍ਹ ਟੈਕਸੀ ਹੈ, 10,000 ਰੁਪਇਆ ਲਾਉਣਾ, ਉਹ ਆ ਕੇ ਕਹਿੰਦੇ ਨੇ ਬਾਬਾ ਜੀ 2 ਰਾਤਾਂ ਕੱਟਣੀਆਂ, ਵੀ ਕਿੱਥੇ ਕੱਟੀਏ। ਨਾ ਤਾਂ ਦੁਨੀਆ ਅੱਗੇ ਲੱਗਦੀ ਨਾ ਪਿੱਛੇ ਲੱਗਦੀ ਹੈ। ਜੇ ਤੁਸੀਂ ਗਿੱਟੇ ਗੁੱਟੇ ਛੁਡਾ ਕੇ ਤੁਸੀਂ ਮਾੜਾ ਮੋਟਾ ਲੀਡ ਕਰ ਲਿਆ, ਤੁਸੀਂ ਆਪਦੇ ਮਿਸ਼ਨ ਨਾਲ ਤੁਰੇ ਜਾਓਗੇ, ਫਿਰ ਰਲਣ ਵੀ ਲੱਗ ਜਾਂਦੇ ਆ। ਫਿਰ ਰਿਸ਼ਤੇਦਾਰ ਕੋਲ ਆ ਗਿਆ, ਉਹ ਵੀ ਤੁਹਾਨੂੰ 1 ਦਿਨ ਰੋਟੀ ਦਊਗਾ, 2 ਦਿਨ ਨੱਕ ਦੰਦੀ ਵੱਟੂਗਾ, ਕਿੱਥੇ ਬਿਮਾਰ ਲਿਆ ਕੇ ਸਾਡੇ ਬਾਤ ਆ। ਇਹਦੇ 'ਚ ਜੇ 1 ਕਰਮ ਦੇ ਵਿੱਚ ਵੀ ਇਹ ਕੋਈ 100 ਕਮਰਾ ਬਣੇ ਅਤੇ ਡਬਲ ਬਣਾ ਕੇ ਵਿੱਚ ਗੈਲਰੀ ਛੱਡ ਕੇ ਡਬਲ ਬਣ ਗਿਆ, 4 ਮੰਜ਼ਿਲੀ ਦੇ ਵਿੱਚ ਮੈਨੂੰ ਲੱਗਦਾ ਵੀ 550 ਕਮਰਾ ਬਣ ਗਿਆ। ਇੱਥੇ 2 ਸਿੰਘ ਆ ਜਾਂਦੇ ਜੀ। ਅੱਛਾ ਜੀ। ਉਹ ਆ ਗਿਆ ਕਹਿਣ ਬਾਪੂ ਇੱਥੇ ਜਗ੍ਹਾ ਦੇ ਦੇ ਥੋੜ੍ਹੀ ਜਿਹੀ। ਮੈਂ 1-2 ਵਾਰੀ ਤਾਂ ਮੈਂ ਜਿਵੇਂ ਆਪਾਂ ਅਣਗੌਲਿਆ ਜਿਹਾ ਕਰ ਦਿੰਦੇ, 40,000 ਵੇਖ ਲਾਂਗੇ, ਅਤੇ ਉਹ 2 ਵਾਰ ਫਿਰ ਆ ਗਏ, 3 ਵਾਰ ਫਿਰ ਆ ਗਏ। ਉਹ ਨਹੀਂ, ਉਹ ਜਿਹੜੇ ਸਿੰਘ ਤੁਹਾਨੂੰ ਮਿਲੇ ਸੀਗੇ ਉਹ ਕਦੇ ਬਾਪ ਸਾਹਿਬ ਨਾ, ਉਹ ਨਹੀਂ ਆਏ। ਮਤਲਬ ਉਹ ਕਿਤੇ ਕੁਦਰਤ ਵੱਲੋਂ ਭੇਜੇ, ਰੱਬ ਜਾਣੇ ਹੁਣ ਕੌਣ ਰਿਸ਼ਤੇ ਸੀਗੇ। ਜਾਂ ਉਹਨਾਂ ਨੂੰ ਇਹ ਹੋ ਗਿਆ ਵੀ ਇਹਦਾ ਬਾਬਾ ਤਾਂ ਆਪ ਹੀ ਇਸ ਕੰਮ ਨਹੀਂ ਹੋ ਗਿਆ, ਇਹਨੇ ਤਾਂ ਨਿਸ਼ਾਨ ਸਾਹਿਬ ਲਾ ਵੀ ਦਿੱਤਾ। ਚੱਲਦੀ ਨੂੰ ਉਹਦਾ ਬਾਪੂ ਵਾਰ ਵਾਰ ਪਿਆ ਦਾ ਕੰਮ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਕਾਕਾ, ਇਹ ਅਰਬਾਂ ਵੇਖ, ਮੈਂ ਇੱਕ ਸਧਾਰਨ ਜ਼ਿਮੀਂਦਾਰ ਦਾ ਸੀ ਪੁੱਤਰ ਹੈਂ, ਅਤੇ ਮੇਰੇ ਹੱਥਾਂ 'ਚੋਂ ਵੀ ਅਰਬਾਂ ਹੀ ਨਿਕਲੇ ਆ। ਥੋੜ੍ਹਾ ਜਿਹਾ ਜਿਵੇਂ ਹੁਣ 1 ਬੰਦੇ ਦੇ 10-20 ਰੁਪਈਏ ਨਾਈਟ ਦੇ ਜਿਹੜਾ ਸ਼ਲਟਰ, ਉਹਦੇ ਸਫਾਈ ਚਾਰਜ ਜ਼ਰੂਰ ਲਾਵਾਂਗੇ। ਬਿਲਕੁਲ ਠੀਕ ਹੈ ਨਾ,
ਇਹ ਪੂਰਾ ਸਿਸਟਮ ਵਧੀਆ ਇੱਥੇ ਲੰਗਰ ਹੋਊ ਅਤੇ ਤਰ੍ਹਾਂ ਤਰ੍ਹਾਂ ਦਾ ਹੋਊ। ਮੋਦੀ ਨੇ ਵੀ ਆਉਣਾ ਕਹਿੰਦੇ ਇੱਕ ਦੋ ਮਹੀਨਿਆਂ ਬਾਅਦ ਹੈਗਾ ਕੋਈ। ਹਾਂ ਮੋਦੀ ਸਾਹਿਬ ਆਉਂਦੇ ਆ ਜੇ ਉਦਘਾਟਨ ਇਹਦਾ ਕਰਨਾ ਹੈ, ਇਹ ਜਦੋਂ ਹਜੇ ਕਰਨਾ। ਤੁਹਾਡਾ ਡਰੀਮ ਆ ਵੀ ਉਦੋਂ ਜਦੋਂ ਉੱਧਰ ਆਉਣਾ ਤਾਂ ਉਦੋਂ ਪਰ ਦਿਖਾ ਲਗੇ ਵੀ ਜਿਹੜੇ ਸਿੱਖ ਕਿਸ ਤਰ੍ਹਾਂ ਜਿਹੜਾ ਸੇਵਾ ਕਰਦੇ ਆ। ਇਹਨਾਂ ਦੇ ਅੰਦਰ ਤਾਂ ਚਾਹ ਦੀ ਵੀ ਦੁਕਾਨ ਹੈ। ਨਹੀਂ ਬਿਲਕੁਲ ਬਾਪੂ, ਉਹੀ ਤਾਂ ਮੈਂ ਉਹਨੂੰ ਹੁਣ ਅਸੀਂ ਸਾਂਭੀ ਜਾਂਦੇ ਹਾਂ, ਸਾਰਿਆਂ ਨੂੰ ਪੂਰਾ ਭੋਜਨ ਦਿੰਦੇ ਹਾਂ, ਸਵੇਰੇ ਵੀ ਦਿੰਦੇ ਹਾਂ, ਸ਼ਾਮ ਨੂੰ ਵੀ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਅਤੇ ਅੱਜ ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਆਪਣੀ ਮੰਨ ਲਓ ਕਰੋੜਾਂ ਰੁਪਇਆਂ ਦੀ ਜ਼ਮੀਨ ਗੁਰੂ ਘਰ ਨੂੰ ਦਿੱਤੀ। ਅਤੇ ਗੁਰੂ ਘਰ ਦਾ ਵੀ ਇੱਕ ਖਾਸ ਪਰਪਜ਼ ਆ ਕਿ ਉਹਨਾਂ ਨੇ ਜਿਹੜਾ ਹੈਗਾ ਏਮਜ਼ ਦੇ ਮਰੀਜ਼ਾਂ ਦੀ ਸੇਵਾ ਕਰਨੀ ਆ। ਏਮਜ਼ ਬਠਿੰਡੇ ਦਾ ਹਸਪਤਾਲ ਤੁਸੀਂ ਦੇਖਿਆ ਹੋਣਾ, ਜਿੱਥੇ ਇੱਕ ਬਾਬਾ ਜੀ ਆਪਾਂ ਗੱਲ ਕਰੀਏ ਇੱਕ ਟਰੈਕਟਰ ਅਤੇ ਟਰਾਲੀ ਦੇ ਨਾਲ ਇੱਕ ਬੋਹੜ ਦੇ ਦਰਖਤ ਦੇ ਥੱਲੇ ਸੰਗਤਾਂ ਦੀ ਸੇਵਾ ਕਰਦੇ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਵੇਖੇ ਹੋਣੇ ਆ। ਪਰ ਅੱਜ ਆਪਾਂ ਉਸ ਜਗ੍ਹਾ 'ਤੇ ਆਏ ਹਾਂ ਉਹਨਾਂ ਬਾਬਿਆਂ ਦਾ ਪਿਛੋਕੜ ਜਾਣਦੇ ਹਾਂ ਕਿ ਬਾਬਾ ਜੀ ਪਹਿਲਾਂ ਕੀ ਕਰਦੇ ਸੀ ਅਤੇ ਬਾਬਾ ਜੀ ਨੇ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਜਿਹੜਾ ਹੈਗਾ ਆਪਦੇ ਦਿਲ ਦੇ ਵਿੱਚ ਸੰਭਾਲੀ ਬੈਠੇ ਕਿ ਕੀ ਕਰਨਾ। ਫਿਲਹਾਲ ਪਿੱਛੇ ਤੁਸੀਂ ਇੱਕ ਬਹੁਤ ਵੱਡੀ ਸਰਾਂ ਬਣਦੀ ਨਜ਼ਰ ਆ ਰਹੀ ਹੈ, ਨਾਲ ਗੁਰੂ ਘਰ ਹੈ। ਪਹਿਲਾਂ ਬਾਪੂ ਜੀ ਨਾਲ ਗੱਲ ਬਾਤ ਕਰਦੇ। ਬਾਪੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਪਹਿਲਾਂ ਤਾਂ ਇਹ ਦੱਸੋ ਵੀ ਹੁਣ ਜਿੱਥੇ ਆਪਾਂ ਇਹ ਖੜ੍ਹੇ ਹਾਂ ਇੱਥੇ ਕੀ ਜਿਹੜੀ ਚੀਜ਼ ਤਿਆਰ ਹੋ ਰਹੀ ਹੈ ਜੀ ਸਾਰੀ ਸਾਰੀ? ਇਹ ਜਿਹੜਾ ਇੱਧਰ ਤਾਂ ਇਹ ਗੁਰੂ ਘਰ ਬਣ ਗਿਆ, ਲੰਗਰ ਵਾਲਾ ਵੀ ਸਿਸਟਮ ਬਣ ਗਿਆ। ਬਾਕੀ ਇਹ ਜਿਹੜੀ ਚਾਰ ਕਨਾਲਾਂ ਦੇ ਵਿੱਚ ਕਰੀਬ ਕਰੀਬ 25,000 ਸਕੁਅਰ ਫੁੱਟ ਦੇ ਵਿੱਚ ਇਹ ਅਸੀਂ ਹੁਣ ਇੱਥੇ ਕਰਾਂ ਜਿਹੜਾ ਸ਼ੈੱਡ ਹੈ। ਅੱਛਾ, ਆਹ ਪਾਈਪਾਂ ਜਿਵੇਂ ਪਈਆਂ ਨੇ, ਹਾਂਜੀ, ਉਹ ਸ਼ੈੱਡ ਪਾਉਣਾ ਵੀ ਜਿਹਦੇ ਨਾਲ ਇੱਕ ਇਹਨਾਂ ਟੈਂਪਰੇਰੀ ਵੀ ਸਾਡਾ ਨਾਲੇ ਤਾਂ ਸ਼ੈੱਡ ਇਹ ਲੰਗਰ ਛਕਣ ਵੇਲੇ ਕੰਮ ਆਊ, ਨਾਲੇ ਕੋਈ ਫੰਕਸ਼ਨ ਕਰਨਾ ਉਦੋਂ ਕੰਮ ਆਊਗਾ, ਨਾਲੇ ਕੋਈ ਸਾਰਥ ਆ ਗਿਆ, ਗੁਰਪੁਰਬ ਆ ਗਿਆ, ਹੋਰ ਆ ਗਿਆ, ਨਾਲੇ ਜਿਹੜੇ ਹੁਣ ਮਰੀਜ਼ ਆਉਂਦੇ ਹੈ ਵੀ ਉਹ ਟੈਂਪਰੇਰੀ ਉਹਨਾਂ ਦਾ ਆਸਰਾ ਹੋ ਜਾਊ, ਥੱਲੇ ਗੱਦੇ ਸਿੱਟ ਕੇ ਉਹ ਪੈ ਜਾ ਕਰਨਗੇ, ਚਾਰ ਕਨਾਲਾਂ ਬਹੁਤ ਥਾਂ ਬਣ ਜੂ ਜਦ ਛੱਤਿਆ ਗਿਆ। ਇਹ ਸਰਾਂ ਬਣਾਉਣ ਤੋਂ ਪਹਿਲਾਂ ਇੱਕ ਅਸੀਂ ਇਹਨੂੰ ਚਾਲੂ ਕਰਨਾ ਤਾਂ ਕਿ ਘੱਟੋ ਘੱਟ ਜਿਹੜਾ ਸਾਲ ਦੋ ਸਾਲ ਇਹ ਸਾਡਾ ਵਧੀਆ ਕੰਮ ਕਰੇ। ਮਤਲਬ ਕਿ ਇੱਕ ਤਰ੍ਹਾਂ ਤੁਸੀਂ ਟੈਂਪਰੇਰੀ ਸ਼ੈਲਟਰ ਬਣਾ ਰਹੇ ਹੋ ਇੱਥੇ? ਹਾਂ, ਇਹ ਨਾਈਟ ਸ਼ੈਲਟਰ ਹੈ, ਨਾਈਟ ਸ਼ੈਲਟਰ ਟੈਂਪਰੇਰੀ ਕੀ ਪੱਕਾ ਹੀ ਬਣ ਜੂ, ਇਹਦੇ 'ਤੇ ਕਿਹੜਾ ਘੱਟ ਲੱਗਣਾ, 1 ਕਰੋੜ ਰੁਪਈਆ ਇਹਦੇ 'ਤੇ ਲੱਗ ਜਾਣਾ। ਮੰਨ ਲਓ ਵੀ ਇਹ ਜਿਹੜਾ ਹੁਣ ਅੱਧਾ ਕਿੱਲੇ ਦੇ ਵਿੱਚ ਜਿਹੜਾ ਹੈਗਾ ਤੁਸੀਂ ਇੱਕ ਸ਼ੈਲਟਰ ਪਹਿਲਾਂ ਤਿਆਰ ਜਿਹੜਾ ਹੈਗਾ ਉਹਦੀ ਇਨੋਗਰੇਸ਼ਨ ਤੁਸੀਂ ਕਰਤੀ ਹੈ? ਹਾਂ, ਕਰਤੀ, ਸਾਰਾ ਕੁਛ ਪਿੱਲਰ ਲੱਗ ਗਿਆ, ਭਰਤ ਪੈ ਗਈ, ਆਹ ਮਟੀਰੀਅਲ ਆਇਆ ਪਿਆ, ਇਹਨਾਂ ਨੂੰ ਕਿਹਾ ਵੀ ਸਾਨੂੰ 2 ਮਹੀਨਿਆਂ 'ਚ ਤਿਆਰ ਕਰਕੇ ਦਿਓ ਇੱਕ ਵਾਰੀ। ਮੰਨ ਕੇ ਤੁਸੀਂ 2 ਮਹੀਨਿਆਂ ਦੇ ਵਿੱਚ ਤੁਹਾਡਾ ਟਾਰਗੇਟ ਆ ਕਿ ਇਹ ਜਿਹੜਾ ਹੈਗਾ ਆਪਾਂ ਕਹੀਏ ਸ਼ੈਲਟਰ ਆ ਸੰਗਤਾਂ ਵਾਸਤੇ ਤਿਆਰ ਹੋਏਗਾ ਮਰੀਜ਼ਾਂ ਵਾਸਤੇ? ਹਾਂ, ਜ਼ਿਆਦਾ ਜਿਹੜੀ ਠੰਡ ਉਤਰਨ ਤੋਂ ਪਹਿਲਾਂ ਵੀ ਅਸੀਂ ਇਹਨੂੰ ਇੱਕ ਤਰ੍ਹਾਂ ਟੈਂਪਰੇਰੀ ਲੋਕ ਗੱਦੇ ਸਿੱਟ ਕੇ ਇੱਥੇ ਪੈ ਜਾ ਕਰਨਾ ਵੀ ਅਸੀਂ ਸਟਾਰਟ ਕਰਨਾ ਹੈ। ਬਾਬੂ ਇੱਕ ਗੱਲ ਸ਼ਾਇਦ ਤੁਹਾਨੂੰ ਚੰਗੀ ਨਾ ਲੱਗੇ ਪੁੱਛਣ 'ਚ, ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਹਾਡੀ ਜ਼ਮੀਨ ਹੈ ਨਾ ਇੱਥੇ ਲਗਭਗ 5-6 ਕਿੱਲੇ ਨਾਲ ਲੱਗਦੀ ਹੈ ਨਾ, ਬਾਕੀ ਤਾਂ ਚੀਜ਼ਾਂ ਆਪਾਂ ਚੱਲ ਜਾ ਕੇ ਦੇਖਾਂਗੇ। 6 ਕਿੱਲਿਆਂ 'ਚ 1,40,000 ਰੁਪਇਆਂ ਦੀ ਜ਼ਮੀਨ ਸੀ ਜਿਹੜੀ ਤੁਸੀਂ ਹੁਣ ਇੱਕ ਤਰ੍ਹਾਂ ਦੇ ਆਪਾਂ ਗੱਲ ਕਰੀਏ ਮਰੀਜ਼ਾਂ ਨੂੰ ਦਾਨ ਕਰੀ ਬੈਠੇ ਹੋ, ਅਤੇ ਨਹੀਂ ਤਾਂ ਮੇਰੇ ਵਰਗਾ ਕੋਈ ਹੁੰਦਾ ਅਗਲਾ ਕਹਿੰਦਾ ਦੁਕਾਨ ਜੋਗੇ ਥਾਂ ਮਿਲ ਜਾਏ ਏਮਜ਼ ਨਾਲ, ਯਾਰ ਉੱਥੇ ਛਿੱਲ ਲਾਇਆ ਕਰਾਂਗੇ, ਵਾਧੂ ਪੈਸੇ ਕਮਾਇਆ ਕਰਾਂਗੇ। ਇਹ ਫਲਸਫਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਕਿੱਥੋਂ ਦਿਮਾਗ ਦੇ ਵਿੱਚ ਆਇਆ ਅਤੇ ਕਿਵੇਂ ਮੰਨ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਪਰਿਵਰਤਨ ਆਇਆ? ਦੁਕਾਨ ਤਾਂ ਕਾਕਾ ਉਹ ਗੱਲ ਤਾਂ ਇਹ ਹੁੰਦੀ ਉੱਥੇ ਵੀ ਹੁਣ ਦੁਕਾਨ ਬਣਾ ਲਈ, ਮਾਰਕੀਟ ਬਣਾ ਲਈ, ਪੀ ਜੀ ਬਣਾ ਲਿਆ, ਉਹ ਬਣਾ ਲਿਆ, ਜਿਵੇਂ ਹੁਣ ਲੋਕ ਗੱਲਾਂ ਕਰਦੇ ਨੇ। ਹਾਂਜੀ, ਵੀ ਗੱਲ ਤਾਂ ਸਰ ਕਰਨਾ ਤਾਂ ਉਹ ਦੁਕਾਨ ਵੀ ਬਣਾਉਣੀ ਹੈ, ਪੀ ਜੀ ਬਣਾਉਣਾ, ਹੋਟਲ ਬਣਾਉਣਾ, ਸਾਰਾ ਕੁਛ ਕਰਨਾ ਤਾਂ ਪੈਸੇ ਵਾਸਤੇ ਸੀ ਨਾ। ਬਿਲਕੁਲ, ਵੀ ਪੈਸਾ ਕਮਾਉਣਾ, ਅਤੇ ਪੈਸੇ ਦੀ ਮੈਨੂੰ ਲਾਲਸਾ ਹੀ ਨਹੀਂ, ਮੈਂ ਪਹਿਲਾਂ ਇਦੋਂ ਪਹਿਲਾਂ 1,000,000 ਰੁਪਈਆਂ ਦੇ ਕੰਮ ਕਰ ਲਏ। ਅੱਛਾ, ਜ਼ਿੰਦਗੀ 'ਚ 1,000,000 ਰੁਪਏ ਤੁਸੀਂ ਮੰਨ ਲਓ ਤੁਹਾਡੇ ਹੱਥਾਂ ਦੇ ਵਿੱਚ ਟੱਪੇ? ਉਹ ਤੁਸੀਂ ਜਾਓਗੇ ਫੈਕਟਰੀ ਵੇਖ ਲਓਗੇ, ਆਪੇ ਹੀ ਪਤਾ ਲੱਗ ਜਾਂਦਾ ਵੀ ਬੰਦੇ ਨੇ ਕਿੰਨਾ ਕੰਮ ਕੀਤਾ ਹੋਊ। ਬਾਕੀ ਬਾਪੂ ਨਾਲ ਦੱਸਦਾ ਨਹੀਂ ਸੀਗਾ, ਬਾਪੂ ਕਹਿੰਦਾ ਵੀ ਆਪਾਂ ਤਾਂ ਪਹਿਲਾਂ ਤਾਂ ਮੈਂ ਕਿਉਂਕਿ ਮੇਰੇ ਵਾਂਗੂ ਤੁਹਾਨੂੰ ਵੀ ਤੇਜ਼ ਨਾ ਹੋਊਗੀ ਦੇਖਣ ਵਾਲੇ ਨੂੰ, ਕਿਉਂਕਿ ਤੁਸੀਂ ਮੇਰੇ ਵਰਗੇ ਹੋ, ਵੀ ਬਾਪੂ ਨੇ ਯਾਰ ਸਾਰੇ ਆਪਦਾ ਸਾਰੀ ਜ਼ਮੀਨ ਕਿਉਂ ਦਾਨ ਕਰਤੀ ਹੈ ਨਾ, ਤਾਂ ਬਾਪੂ ਨਾਲ ਫੈਕਟਰੀ ਜਾ ਕੇ ਦੇਖਾਂਗੇ ਬਾਪੂ ਕੰਮ ਕੀ ਕਰਦਾ ਜੀ। ਨਹੀਂ ਬਾਪੂ ਜੀ, ਤੁਸੀਂ ਕਹਿਣਾ ਵੀ ਬਹੁਤ ਪੈਸਾ ਜ਼ਿੰਦਗੀ ਦੇ ਵਿੱਚ ਕਮਾਇਆ ਤਾਂ ਹਜੇ ਤੱਕ ਇਹੋ ਜਿਹੇ ਲੋਕ ਹੀ ਪਏ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ 5-7 ਪੀੜ੍ਹੀਆਂ ਦਾ ਜੋੜੇ ਬੈਠੇ, ਉਹਨਾਂ ਦੇ ਤਾਂ ਪੈਸੇ ਦੀ ਭੁੱਖ ਮੁੱਕੀ ਨਹੀਂ, ਤੁਹਾਡੇ ਜੋ ਕਿਵੇਂ ਮੁੱਕ ਗਈ ਫਿਰ? ਇਹ ਕੁਦਰਤੀ ਫਿਰ ਇਹ ਮਹਾਰਾਜ ਦੀ, ਇਹਨੂੰ ਬਖਸ਼ਿਸ਼ ਕਹਿੰਦੇ ਆ ਸੱਚੇ ਪਾਤਸ਼ਾਹ ਨੂੰ,
सच्चे पातशाह दी वी वेखो जदों तुसीं सच दे राह ते चलना कोई रेपीटेशन करदे हो सिमरन करदे हो बाणी पढ़दे हो तां एक स्टेज तुहाडे ते ऐसी आउंदी वी तुहाडे अंदर संतोख आ जांदा संतोष खा जांदा आ बुद्धि है जिहड़ी उह काम करन लग जांदी है इत्थे वड्डे वड्डे बली तुर गए वड्डे वड्डे सिकंदर अरगे तुर गए वड्डे वड्डे कौरू बादशाह अरगे तुर गए जिन्हां ने माया ही जोड़ी है जी ਇਹ ਇੱਕ ਉਸ ਬਸ ਉਹੀ ਗੱਲ ਹੈ ਫਿਰ ਜਦੋਂ ਤੁਸੀਂ ਮਹਾਰਾਜ ਦਾ ਵੀ 24 ਘੰਟੇ ਉਹਨੂੰ ਚੇਤੇ ਰੱਖਦੇ ਹੋ ਤਾਂ ਉਹ ਕੋਈ ਨਾ ਕੋਈ ਵਿਧ ਬਣਾਉਂਦਾ ਸੰਤੋਖ ਦਿੰਦਾ ਹੁਣ ਮੇਰੇ ਮਨ ਦੇ ਵਿੱਚ ਇਹ ਹੈ ਵੀ ਵੇਖੋ ਐਡਾ ਵੱਡਾ ਇਹ ਅਦਾਰਾ ਹੈ ਅਤੇ ਇੱਥੇ ਇਹ ਜ਼ਮੀਨ ਹੈ ਸਾਡ ਆਪਣੀ ਅਤੇ ਇਹ ਮੈਨੂੰ ਵੀ ਪਤਾ ਵੀ ਅਰਬਾਂ ਦੀ ਹੈ ਇਹ ਕਰੋੜਾਂ ਦੀ ਵੀ ਨਹੀਂ ਅਰਬਾਂ ਦੀ ਹੈ ਬਿਲਕੁਲ ਅਤੇ ਆਪਾਂ ਜੇ ਹੁਣ ਇਹਨੂੰ ਇਹ ਸੋਚ ਲਈਏ ਵੀ ਚੱਲ ਮੈਂ ਇੱਥੇ ਕੁਛ ਨਾ ਕਰਕੇ ਜਾਊਂਗਾ ਮੈਂ ਇੱਥੇ ਕੋਈ ਵਪਾਰਕ ਅਦਾਰਾ ਬਣਾ ਲਊਂ ਮੰਨ ਲਓ ਤੁਸੀਂ ਜਿਹੜਾ ਸ਼ੈਲਟਰ ਦੀ ਥਾਂ 'ਤੇ ਇੱਥੇ ਆਪਦਾ ਹੀ ਕੋਈ ਵਪਾਰਕ ਅਦਾਰਾ ਖੜ੍ਹਾ ਕਰ ਲਊਂ ਜਦੋਂ ਮੈਂ ਤੁਰ ਗਿਆ ਉਸ ਵਪਾਰਕ ਅਦਾਰੇ ਨੂੰ ਖਾਣ ਪਿੱਛੇ ਜਾਂ ਦੂਜੇ ਪਤਾ ਨਹੀਂ ਕਿੰਨੇ ਕੁ ਆਪਸ ਵਿੱਚ ਖੇਬਣਗੇ ਬਿਲਕੁਲ ਇਹ ਜੇ ਆਪਾਂ ਗੁਰੂ ਘਰ ਨੂੰ ਦੇ ਦਿਆਂਗੇ ਤਾਂ ਮੈਨੂੰ ਇਹ ਹੈ ਜਦੋਂ ਬੰਦੇ ਦਾ ਭੋਗ ਪੈ ਜਾਂਦਾ ਨਾ 10 ਦਿਨਾਂ ਬਾਅਦ ਸਕਾ ਧੀ ਪੁੱਤ ਵੀ ਭੁੱਲ ਜਾਂਦਾ ਸਾਡੇ ਬਾਪੂ ਨੇ ਕੁਛ ਕੀਤਾ ਬਿਲਕੁਲ ਅਤੇ ਹੁਣ ਬੁੱਧੀ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਵੀ ਜੇ ਆਪਾਂ ਉਹ ਬਾਬੇ ਨਾਨਕ ਦੇ ਵਾਸਤੇ ਕੁਛ ਨਾ ਕੁਛ ਕਰ ਜਾਂਗੇ ਭਲਾਈ ਵਾਸਤੇ ਕੁਛ ਕਰ ਜਾਂਗੇ ਤਾਂ ਇਹ ਵੀ ਫਿਰ ਸਦਾ ਹੀ ਰਹੂੰ ਮੈਂ ਸਦਾ ਹੀ ਹੋਊਂ ਇੱਥੇ ਬਿਲਕੁਲ ਆਪਾਂ ਹੈਂਜੀ ਜਦੋਂ ਲੋਕ ਆ ਕੇ ਵੇਖਿਆ ਕਰਨਗੇ ਇੱਥੇ ਵੀ ਦੂਰੋਂ ਦੂਰੋਂ ਆਉਣਗੇ ਹੁਣ ਕਈ ਆਉਂਦੇ ਆ ਸਾਡੇ ਕੋਲ ਇੱਧਰੋਂ ਕੜਸਾਣੇ ਵੱਲੋਂ ਕੋਈ ਵੀ ਕਿਤੇ ਵੀ ਦੂਰੋਂ ਦੂਰੋਂ ਜਿਹੜੇ ਕਹਿ ਦਿੰਦੇ ਵੀ ਡਾਕਟਰ ਕਹਿ ਦਿੰਦੇ ਛੁੱਟੀ ਲੈ ਜਾਓ 3 ਦਿਨਾਂ ਨੂੰ ਫਿਰ ਆਇਓ ਹੁਣ ਫਿਰ 3 ਦਿਨਾਂ ਨੂੰ ਆਉਣਾ ਹੈ ਅਤੇ ਜਾਣਾ ਵੀ ਹੈ ਅੱਜ ਕੱਲ੍ਹ ਟੈਕਸੀ ਹੈ ਟ੍ਰੈਫਿਕ ਹੈ 10,000 ਰੁਪਇਆ ਲਾਉਣਾ ਉਹ ਆ ਕੇ ਕਹਿੰਦੇ ਨੇ ਬਾਬਾ ਜੀ 2 ਰਾਤਾਂ ਕੱਟਣੀਆਂ ਵੀ ਕਿੱਥੇ ਕੱਟੀਏ ਇੱਥੇ ਬਹਿ ਜਾਓ ਯਾਰ ਕਿਤੇ ਜਿੱਥੇ ਪੈਣਾ ਰੋਟੀ ਖਾ ਲਓ ਲੰਗਰ ਖਾ ਲਓ ਹੁਣ ਉਹਨਾਂ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਹੋਊਗੀ ਨਹੀਂ ਬਿਲਕੁਲ ਬਾਬੂ ਇੱਕ ਗੱਲ ਆ ਮੈਂ ਤੁਹਾਡਾ ਹੁਣ ਜਿਹੜਾ ਬਾਣਾ ਹੈ ਨਾ ਪਾਈ ਜਿਹੜਾ ਤੁਸੀਂ ਨਾਲ ਹੀ ਮਿਹਨਤ ਕਰਾਈ ਜਾਂਦੇ ਹੋ ਮੈਂ ਇਹ ਸਾਰੀਆਂ ਚੀਜ਼ਾਂ ਤਾਂ ਕਰਦਾ ਕਿਉਂਕਿ ਅੱਜ ਦੀ ਪਦਾਰਥਵਾਦ ਦੇ ਯੁੱਗ ਦੇ ਵਿੱਚ ਵੈਸੇ ਬਹੁਤ ਘੱਟ ਆ ਘੱਟ ਕਿ ਮਤਲਬ ਖਤਮ ਹੀ ਹੁੰਦਾ ਜਾਂਦਾ ਇਹ ਸਾਰਾ ਸਿਸਟਮ ਲੋਕਾਂ ਦੇ ਦਾਨ ਪੁੰਨ ਵਾਲਾ ਜਾਂ ਕਿਸੇ ਹਾਏ ਦਿਆਲ ਵਾਲਾ ਕੰਮ ਜਦੋਂ ਤੁਸੀਂ ਪਹਿਲੀ ਵਾਰੀ ਲੰਗਰ ਸ਼ੁਰੂ ਕੀਤਾ ਸੀਗਾ ਹੈ ਨਾ ਜਦੋਂ ਪਹਿਲਾਂ ਵੀਡੀਓ ਕਰਕੇ ਮੈਂ ਇੱਥੋਂ ਪਹਿਲਾਂ ਵੀ ਕਈ ਚੈਨਲ ਨੇ ਤੁਹਾਡੀਆਂ ਵੀਡੀਓ ਕੀਤੀਆਂ ਅਤੇ ਜਦੋਂ ਤੁਸੀਂ ਮੰਨ ਲਓ ਟਰੈਕਟਰ 'ਤੇ ਪਹਿਲੀ ਵਾਰੀ ਲੰਗਰ ਲੈ ਕੇ ਗਏ ਜਾਂ ਕਿ ਪਹਿਲਾਂ ਲੰਗਰ ਕਿੰਨੇ ਬੰਦਿਆਂ ਨੇ ਛਕਿਆ ਅਤੇ ਕਿਵੇਂ ਉਹ ਮੰਨ ਲਓ ਤੁਹਾਡੇ ਜਿਹੜਾ ਹੈਗਾ ਆਈਡੀਆ ਆਇਆ ਸੀ ਦਿਮਾਗ ਦੇ ਵਿੱਚ ਕੋਈ ਯਾਦ ਹੈ ਉਹ ਆਈਡੀਆ ਫਿਰ ਇਸ ਤਰ੍ਹਾਂ ਹੀ ਆਇਆ ਨਾ ਵੀ ਜਿਵੇਂ ਹੁਣ ਮੈਂ ਇੱਥੇ ਹੀ ਬੈਠਾ ਹੁੰਦਾ ਸੀ ਆਹ ਜਿਵੇਂ ਮੋਟਰ ਆਇਆ ਜਾਂ ਇੱਥੇ ਆ ਜਾਣਾ ਖੇਤ ਠੀਕ ਹੈ ਜੀ ਬਿਜਾਈ ਬਿਜੂਈ ਕਰਾਉਣੀ ਤਾਂ ਜਿਵੇਂ ਹੁਣ ਉੱਧਰ ਤੁਸੀਂ ਜਿੱਥੋਂ ਦੀ ਆਏ ਹੋ ਹਾਂਜੀ ਉੱਥੋਂ ਦੀ ਜਿਵੇਂ 2-3 ਖਾਲਸੇ ਸੀ ਅਤੇ ਉਹ ਆ ਜਾ ਕਰਨ ਮੇਰੇ ਕੋਲ ਉਹ ਮੈਂ ਕੋਠਾ ਬਹਿਣ ਉੱਠਣ ਨੂੰ ਹੀ ਪਾਇਆ ਸੀ ਆਪਦੇ ਠੀਕ ਹੈ ਉਹ ਜਿਹੜਾ ਸਾਹਮਣੇ ਕੋਠਾ ਹੈ ਨਾ ਠੀਕ ਹੈ ਜੀ ਉਹ ਮੈਂ ਬਹਿਣ ਉੱਠਣ ਨੂੰ ਪਾਇਆ ਸੀ ਮੈਂ ਕਿਹਾ ਚੱਲ ਖੇਤ ਆ ਕੇ ਇੱਕ ਉੱਧਰ ਉਹ ਪਾਇਆ ਦੂਜੇ ਪਾਸੇ ਮਾੜਾ ਦਿਖਾ ਦੇ ਪਤਾ ਜਿਵੇਂ ਆਹ ਸਾਹਮਣੇ ਦਿਖੇ ਜਾਂਦੇ ਨਾ 2 ਮੋਟਰਾਂ ਜਿਹੀਆਂ ਦਿਸ ਜਾਂਦੀਆਂ ਕੋਠੇ ਇੱਕ ਇੱਧਰ ਜਮਾ ਨਾਲ ਇੱਕ ਉੱਧਰ ਬਾਪੂ ਦੀ ਸਾਰੀ ਜ਼ਮੀਨ ਮੈਂ ਦੱਸਦਿਆਂ ਵੀ ਜਮਾ ਐਮਰਜੈਂਸੀ ਤੇ ਨਾਲ ਏਮਜ ਨਾਲ ਕੰਧ ਨਾਲ ਕੰਧ ਉਹ ਦਰਖਤਾਂ 'ਚ ਕੋਠਾ ਦੀਦਾ ਅੱਛਾ ਇਹ ਜਿਹੜਾ 2-3 ਕੋਠੇ ਪਾਏ ਸੀ ਇਹਨਾਂ ਦੀ ਗੱਲ ਨਹੀਂ ਤੁਸੀਂ ਦੱਸੀ ਚਲੋ ਉਹ ਤਾਂ ਉੱਧਰ ਚੱਲੇ ਜਾਣਾ ਅੱਛਾ ਬਾਪੂ ਫਿਰ ਉਦੋਂ ਬਾਅਦ ਇਹਨਾਂ ਦਾ ਇਹ ਸੀ ਵੀ ਮੈਂ ਆਖਿਆ ਸੀ ਵੀ ਮਿੱਤਰ ਦੋਸਤ ਕੋਈ ਆ ਜਾਂਦਾ ਉੱਧਰ ਫੈਕਟਰੀ ਜਦੋਂ ਯਾਰ ਉੱਥੇ ਰੌਲੇ ਰੱਪੇ 'ਚ ਅੱਕ ਜਾਂਦੇ ਵੀ ਅਕਾਂਤ 'ਚ ਜਾ ਕੇ ਬੈਠਾਂਗੇ ਠੀਕ ਮੇਰਾ ਅਕਾਂਤ 'ਚ ਬਹਿਣ ਦਾ ਸ਼ੁਰੂ ਤੋਂ ਹੀ ਇਹ ਇੱਕ ਨੇਚਰ ਬਣੀ ਹੋਈ ਹੈ ਸੁਭਾਅ ਮੈਂ ਕਿਸੇ ਨਾਲ ਬਹੁਤਾ ਨਹੀਂ ਮੈਂ ਆਪਣੇ ਆਪ ਨਾਲ ਬਹਿ ਕੇ ਬੜਾ ਖੁਸ਼ ਹਾਂ ਠੀਕ ਹੈ ਹਾਂਜੀ ਉਹ ਮੈਂ ਇਸੇ ਕਰਕੇ ਬਣਾਏ ਸੀ ਇੱਥੇ ਹੀ ਮੈਂ ਆਪਦਾ ਮੰਜੀ 'ਤੇ ਵਿਆਹ ਵਾਵਾਂ ਕਰਾਂ ਆਪਦੀ ਮਸਤੀ ਇੱਥੇ 2 ਸਿੰਘ ਆ ਜਾਂਦੇ ਸੀ ਅੱਛਾ ਉਹ ਆ ਕੇ ਆਖਿਆ ਕਰਨ ਬਾਪੂ ਇੱਥੇ ਜਗ੍ਹਾ ਦੇ ਦੇ ਥੋੜ੍ਹੀ ਜੀ ਮੈਂ 1-2 ਵਾਰੀ ਤਾਂ ਮੈਂ ਜਿਵੇਂ ਆਪਾਂ ਅਣਗੌਲਿਆ ਜਿਹਾ ਕਰ ਦਿੰਦੇ 40,000 ਵੇਖ ਲਾਂਗੇ ਅਤੇ ਉਹ 2 ਵਾਰ ਫਿਰ ਆ ਕੇ 3 ਵਾਰ ਫਿਰ ਆ ਕੇ ਉਹ ਉਦੋਂ ਮੈਂ ਇੱਥੇ ਮੋਟਰ 'ਤੇ ਆ ਡੇਗ ਜੀ ਦੇ ਥੱਲੇ ਬੈਠਾ ਸੀ ਉਦੋਂ ਆ ਕੇ ਉਹ ਆਉਂਦੇ ਆ ਕੇ ਬਾਪੂ ਕੋਈ ਕੀਤੀ ਸਲਾਹ ਮੇਰੇ ਦਿਮਾਗ 'ਚ ਐਂ ਸੋਚਿਆ ਮੈਂ ਆਖਿਆ ਯਾਰ ਇਹ ਫਿਰ ਆ ਗਏ ਗੁਰੂ ਮੈਂ ਕਿਹਾ ਸਲਾਹ ਤਾਂ ਕਰ ਲਈ ਹੁਣ ਤੁਸੀਂ ਜਾਓ ਤੁਹਾਡਾ ਕੰਮ ਹੋ ਗਿਆ ਆਉਂਦੇ ਕਿਵੇਂ ਮੈਂ ਕਿਹਾ ਤੁਸੀਂ ਹੁਣ ਜਾਓ ਤੁਹਾਡਾ ਕੰਮ ਹੋ ਗਿਆ ਉਹ ਫਿਰ ਗੁਰਪ੍ਰੀਤ ਜੀ ਗੱਲ ਦਿਮਾਗ 'ਚੋਂ ਨਿਕਲੀ ਨਹੀਂ ਵੀ ਇਹ ਤੈਨੂੰ ਜਗਾਉਂਦੇ ਹੈ ਵੀ ਤੂੰ ਇੱਧਰ ਆ ਅਤੇ ਮੈਂ 1 ਹਫ਼ਤੇ 'ਚ ਹੀ ਨਿਸ਼ਾਨ ਸਾਹਿਬ ਲਾਤਾ ਸੀ ਨਹੀਂ ਉਸ ਜਿਹੜੇ ਸਿੰਘ ਤੁਹਾਨੂੰ ਮਿਲੇ ਸੀਗੇ ਉਹ ਕਦੇ ਬਾਪ ਸਾਹਿਬ ਨਾ ਉਹ ਨਹੀਂ ਆਏ ਮੁੜ ਕੇ ਮਤਲਬ ਉਹ ਕਦੇ ਕੁਦਰਤ ਵੱਲੋਂ ਭੇਜੇ ਰੱਬ ਜਾਣੇ ਹੁਣ ਕੌਣ ਰਿਸ਼ਤੇ ਹੀ ਸੀਗੇ ਜਾਂ ਉਹਨਾਂ ਨੂੰ ਇਹ ਹੋ ਗਿਆ ਵੀ ਇਹ ਤਾਂ ਬਾਬਾ ਤਾਂ ਆਪ ਹੀ ਇਸ ਕੰਮ ਨਹੀਂ ਹੋ ਗਿਆ ਇਹਨੇ ਤਾਂ ਨਿਸ਼ਾਨ ਸਾਹਿਬ ਲਾ ਵੀ ਦਿੱਤਾ 1 ਹਫ਼ਤੇ 'ਚ ਲਾਤਾ ਸੀ
ਇਹ ਤਾਂ 75,000 ਰੁਪਇਆ ਉਹਨਾਂ ਲਿਆ ਸੀ। ਮੈਂ ਕਿਹਾ ਵੀ ਲਾ ਦੇ, ਮਤਲਬ ਉਹ ਸਿੰਘ ਆਏ, ਸਿੰਘਾਂ ਨੇ ਜਗਾ ਦਾ ਉਹ ਤਾਂ ਕੋਈ ਜਗਾਉਣ ਹੀ ਆਏ ਸੀ। ਉਦੋਂ ਬਾਅਦ ਅੱਜ ਹੋਰ ਅਤੇ ਕੱਲ੍ਹ ਹੋਰ ਅਤੇ ਪਰਸੋਂ ਹੋਰ, ਫਿਰ ਐਂ ਸੋਚਿਆ ਜਦੋਂ ਇਹ ਮੈਂ ਨਿਸ਼ਾਨ ਸਾਹਿਬ ਖੜਾ ਕੀਤਾ, ਹੁਣ ਤੁਸੀਂ ਇੱਥੋਂ ਵੇਹਨੇ ਹੋ ਵੀ ਇਹਨਾਂ ਨੂੰ, ਉਹ ਉੱਥੇ ਦਫ਼ਤਰ ਸੀ ਇਹਨਾਂ ਦਾ ਆਯੂਸ਼, ਉੱਧਰ ਬੈਠੇ ਹੁੰਦੇ, ਉੱਥੋਂ ਸ਼ੀਸ਼ਿਆਂ ਵੇਚਦੇ ਵੇਹਦੇ ਰਹਿੰਦੇ। ਅੱਛਾ ਜੀ। ਵੀ ਖਾਲਸਿਆਂ ਨੇ ਨਿਸ਼ਾਨ ਸਾਹਿਬ ਲਾ ਤਾ ਇੱਥੇ। ਅੱਛਾ। ਵੀ ਮੈਨੂੰ ਇਹਨਾਂ ਨੇ ਬੁਲਾ ਲਿਆ ਕਿਸੇ ਬੰਦੇ ਰਾਹੀਂ ਸੁਨੇਹਾ ਭੇਜ ਕੇ। ਅੱਛਾ। ਇੱਥੇ ਕੀ ਕਰੋਗੇ? ਮੈਂ ਕਿਹਾ ਜੀ ਇੱਕ ਗੁਰਦੁਆਰਾ ਬਣਾ ਪਾਵਾਂਗੇ, ਗੁਰਦੁਆਰਾ ਪਾ ਕੇ ਲੋਕਾਂ ਨੂੰ ਚਾਹ ਪਾਣੀ ਛਕਾਇਆ ਕਰਾਂਗੇ, ਜਾਂ ਤਾਂ ਤੁਸੀਂ ਅੰਦਰ ਹੀ ਲਾ ਲਓ। ਮੈਂ ਕਿਹਾ ਚਲੋ ਤੁਸੀਂ ਜਾਇਜ਼ ਦਿਓ, ਆਪਾਂ ਤਾਂ ਅੰਦਰ ਲਾ ਲੈਂਦੇ ਹਾਂ। ਅਤੇ ਫਿਰ ਉਹ ਇੱਕ ਕਿ ਨਹੀਂ ਤੋਂ ਅੰਦਰ ਆਪਾਂ ਜਾਣ ਲੱਗ ਗਏ। ਪਹਿਲਾਂ ਮੇਰੇ ਨਾਲ ਵੀ ਕੋਈ ਨਹੀਂ ਤੁਰਿਆ ਸੀ, ਲੋਕ ਟਿਚਰਾਂ ਕਰਦੇ ਸੀ ਵੀ ਐਡਾ ਯਾਰ ਫੈਕਟਰੀ ਦਾ ਮਾਲਕ ਹੈ, ਉਹ ਹੈ ਫਲਾਣਾ, ਉਹ ਘੁਆਉਂਦਾ ਸੀ ਆਪਣੇ ਆਪ ਨੂੰ, ਅਤੇ ਉਹ ਵੇਖ ਲਾ ਉੱਥੇ ਕਿੰਨੀ ਚਾਹ ਦੀ ਲੈ ਕੇ ਬੈਠਾ ਵੀ ਲੋਕ ਵੀ ਲੋ। ਮੈਂ ਕਿਹਾ ਵੀ ਗੱਲ ਹੀ ਕੋਈ ਨਹੀਂ, ਉਹ ਜਿਵੇਂ ਆਉਂਦੇ ਆ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਢੋ ਸੀ, ਉਹਨੇ ਇਸ ਪਾਸੇ ਲਿਆਉਣਾ ਸੀ। ਉਹ ਆਪੇ ਆਪ ਆਪਣੇ ਆਪ ਹੀ ਜਿਵੇਂ ਹੁਣ ਚਾਹ ਵੱਧਦੀ ਗਈ, ਨਾਲ ਨਾਲ ਹੋਰ ਕੋਈ ਜਿਵੇਂ ਆਉਂਦੇ, ਜਦੋਂ ਬੰਦਾ ਧਰਮ ਦੇ ਪਾਸੇ ਲੱਗਦਾ ਨਾ, ਫਿਰ ਉਹਨੂੰ ਤਰਸ ਵੀ ਆਉਂਦਾ ਵੀ ਜਦੋਂ ਹੁਣ ਕੋਈ ਭੁੱਖੇ ਆ ਜਾਂਦੇ ਦੂਰੋਂ, ਅਤੇ ਉਹ ਕਹਿੰਦੇ ਵੀ ਬਾਬਾ ਦੋ ਕੁ ਪ੍ਰਸ਼ਾਦੇ ਹੀ ਯਾਰ, ਭਾਵੇਂ ਚਾਰ ਨਾ ਦੇ ਦਿਆ ਕਰੋ, ਇੱਕ ਇੱਕ ਦੋ ਦੋ ਪ੍ਰਸ਼ਾਦੇ ਜਿਵੇਂ ਹੁਣ ਦੁਪਹਿਰੇ ਕੋਈ ਖਾਣ ਨੂੰ ਨਾ ਮਿਲਦਾ। ਉਹ ਫਿਰ ਮਨ 'ਚ ਐਂ ਹੋਇਆ ਵੀ 5-10 ਕਿਲੋ ਆਟੇ ਤੋਂ ਸ਼ੁਰੂ ਕਰ ਲਿਆ ਕੰਮ। ਉਹ ਮਹਾਰਾਜ ਆਪਣੇ ਆਪ ਹੀ ਵਿੱਚ ਗਹਿਰਾਈ ਤੱਕ ਲਈ ਗਿਆ, ਮਤਲਬ ਕਿ ਪ੍ਰਸ਼ਾਦਿਆਂ ਤੋਂ ਫਿਰ ਅੱਦੂ ਬਾਅਦ ਅੱਗੇ ਚੱਲਦਾ। ਬਾਬੂ ਫਿਰ ਜਿਵੇਂ ਤੁਸੀਂ ਦੱਸਿਆ, ਮੰਨ ਲਓ ਸਾਰਾ ਚੀਜ਼ ਪੋਜ਼ਿਟਿਵ ਰਹੀ ਅਤੇ ਕੋਈ ਨੈਗੇਟਿਵ ਨਹੀਂ, ਕੋਈ ਕਿਸੇ ਨੇ ਖਿੱਚਣਾ ਨਹੀਂ ਕਿ ਵੀ ਯਾਰ ਛੱਡ ਪਰੇ ਕੀ ਆ, ਜਾਂ ਕਦੇ ਮਨ 'ਚ ਨਹੀਂ ਆਇਆ? ਮਨ 'ਚ ਵੀ ਕਈ, ਮਨ ਦੇ ਬੰਦੇ ਦੇ ਮਨ ਵੀ ਦੋ ਹੁੰਦੇ ਨਾ, ਇੱਕ ਕਹਿੰਦਾ ਛੱਡ ਪਰੇ, ਇੱਕ ਕਹਿੰਦਾ ਕਰ ਲਾ, ਜਾਂ ਕਈ ਵਾਰੀ ਮੇਰੇ ਵਰਗੇ ਬੰਦੇ ਪੁੱਠੀਆਂ ਸਲਾਹਾਂ ਦੇ ਨਾਲ ਕਹਿੰਦੇ ਵੀ ਛੱਡ ਯਾਰ, ਕਾਹਦੇ ਵਾਸਤੇ ਬੁੱਢੀ ਉਮਰ 'ਚ ਮੱਥਾ ਮਾਰੀ ਜਾਣਾ। ਇਹ ਤਾਂ ਗੱਲ ਹੈਗੀ ਸੀ, ਪਰ ਕਈ ਵਾਰ ਉਦੋਂ ਜੀ ਐਂ ਹੁੰਦਾ ਸੀ ਵੀ ਯਾਰ ਆਪਣੀ ਉਮਰ ਵੀ ਹੋ ਗਈ ਹੈ ਅਤੇ ਕੰਮ ਹੋਣਾ ਨਹੀਂ, ਪਰ ਇਹ ਪਤਾ ਨਹੀਂ ਲੱਗਦਾ, ਇਹ ਮਹਾਰਾਜ ਹੀ ਪਾਵਰ ਦਿੰਦਾ। ਠੀਕ ਹੈ, ਬਾਕੀ ਜਦੋਂ ਸ਼ੁਰੂ ਕਰਿਆ ਸੀ ਲੱਤਾਂ ਖਿੱਚਣ ਵਾਲੇ ਬਹੁਤ ਨੇ, ਹੁਣ ਕਈ ਲੋਕ ਤਾਂ ਇਹ ਢਕਵਾਂਜ ਕਰਦੇ ਸੀ ਵੀ ਇਹਨੇ ਨਿਸ਼ਾਨ ਸਾਹਿਬ ਐਂ ਲਾਇਆ ਵੀ ਇੱਥੋਂ ਏਮਜ ਤੋਂ ਇਹ ਰਸਤਾ ਲੈ ਲੂ, ਰਸਤਾ ਲੈ ਕੇ ਅਤੇ ਆਪਦੀ ਜ਼ਮੀਨ ਦੇ ਮਹਿੰਗੇ ਭਾਅ ਦੇ ਪਲਾਟ ਕੱਟੂ ਅਤੇ ਇੱਥੇ ਮਾਰਕੀਟਾਂ ਬਣਾ ਦੂਗਾ, ਅਤੇ ਬਸ ਇਹਦਾ ਇਹ ਹੈ ਵੀ ਗੁਰਦੁਆਰੇ ਨੂੰ 5-10 ਮਰਲੇ ਛੱਡ ਦੂਗਾ, ਹੋਰ ਇਹ ਕੀ ਕਰਨਾ ਇਹਨੇ। ਬੜੀ ਮਾਇਲ ਧੋਤੀ ਲੋਕਾਂ ਨੇ, ਅਤੇ ਜਦੋਂ ਹੁਣ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਤਾਂ ਸਾਰੀ ਦੇਈ ਜਾਂਦਾ, ਉਹਨਾਂ ਲੋਕਾਂ ਦਾ ਹੀ ਮੂੰਹ ਬੰਦ ਹੋ ਗਿਆ। ਫਿਰ ਤੁਹਾਡਾ ਪਿੰਡ ਜੋਧਪੁਰ ਇਹੀ ਹੈ? ਹਾਂ ਜੋਧਪੁਰ, ਹਾਂ ਸਾਡੀ ਜੱਦੀ ਹੈ ਜ਼ਮੀਨ ਇਹ। ਤਾਂ ਹੁਣ ਫਿਰ ਮੰਨ ਲਓ ਹੁਣ ਸਾਰਾ, ਮੰਨ ਲਓ ਉਹੀ ਲੋਕ ਫਿਰ ਆ ਕੇ ਸਾਥ ਦਿੰਦੇ ਆ, ਉਹ ਫਿਰ ਹੁਣ ਲੋਕ ਨਾਲ ਲੱਗਦੇ ਆ। ਵਾਕਈ ਯਾਰ, ਹਾਂ ਐਤਕੀ ਮੈਨੂੰ ਆਪ ਹੀ ਨਹੀਂ, ਆਪ ਹੀ ਇੱਥੋਂ ਆਪੇ ਹੀ ਟਰਾਲੀਆਂ ਜੋੜ ਕੇ ਕਣਕ ਇਕੱਠੀ ਕਰ ਲਈ ਪਿੰਡ 'ਚੋਂ ਵੀ ਲੰਗਰ ਦੇ ਵਿੱਚ। ਫਿਰ ਸਾਰੇ ਹੀ ਇਹ ਤਾਂ ਪਹਿਲਾਂ ਤਾਂ ਵਹਿੰਦੇ ਨੇ, ਜਦੋਂ ਨਾ ਤਾਂ ਦੁਨੀਆ ਅੱਗੇ ਲੱਗਦੀ ਨਾ ਪਿੱਛੇ ਲੱਗਦੀ ਹੈ। ਜੇ ਤੁਸੀਂ ਗਿੱਟੇ ਗੁੱਟੇ ਛਡਾ ਕੇ ਤੁਸੀਂ ਮਾੜਾ ਮੋਟਾ ਲੀਡ ਕਰ ਲਿਆ, ਤੁਸੀਂ ਆਪਦੇ ਮਿਸ਼ਨ ਨਾਲ ਤੁਰੇ ਜਾਓਗੇ, ਫਿਰ ਰਲਣ ਵੀ ਲੱਗ ਜਾਂਦੇ ਆ। ਹੁਣ ਮੰਨ ਲਓ ਇੱਕ ਤਰ੍ਹਾਂ ਦਾ ਕਾਫਲਾ ਬਣ ਗਿਆ ਬਾਪੂ ਤੁਹਾਡਾ, ਹੁਣ ਵਧੀਆ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਛ ਚੱਲੀ ਜਾਂਦਾ। ਹੁਣ ਮੈਂ ਤਾਂ ਜਿਵੇਂ ਹੁਣ ਇਹ ਵੀ ਵੇਖੋ ਵੱਡਾ, ਜਦੋਂ ਆਹ ਪ੍ਰੋਜੈਕਟ ਸਾਡਾ ਬਣ ਗਿਆ ਇੱਥੇ ਪੂਰਾ, ਇੱਥੇ ਜੀ ਮੈਂ ਕੋਈ ਮਾਣ ਨਹੀਂ ਕਰਦਾ, ਪਰ ਇਹ ਜਗ੍ਹਾ ਨਾ ਇੰਨਾ ਲੋਕਾਂ ਨੂੰ ਸਹੂਲਤ ਦਿਊਗੀ, ਨਾ ਤਾਂ ਏਮਜ ਦੇ ਵਿੱਚ ਆਉਣੀ ਹੈ, ਨਾ ਕਿਸੇ ਨੂੰ ਹੋਟਲ 'ਚ ਮਿਲਣੀ ਹੈ, ਨਾ ਕਿਸੇ ਨੂੰ ਕਿਸੇ ਦੇ ਹੋਰ ਘਰ ਜਾ ਕੇ ਵੀ ਮਿਲਣੀ। ਆਪਾਂ ਰਿਸ਼ਤੇਦਾਰ ਹਾਂ, ਵੀ ਰਿਸ਼ਤੇਦਾਰ ਕੋਲ ਆ ਗਿਆ ਉਹ ਵੀ ਤੁਹਾਨੂੰ ਇੱਕ ਦਿਨ ਰੋਟੀ ਦੇਊਗਾ, ਦੂਜੇ ਦਿਨ ਨੱਕ ਦੰਦੀ ਵੱਟੂਗਾ, ਬਾਬੂ ਜੀ ਕਿੱਥੇ ਬਿਮਾਰ ਲਿਆ ਕੇ ਸਾਡੇ ਬਾਤ ਆ। ਬਿਲਕੁਲ ਹੈ ਜੀ, ਇਹ ਜਗ੍ਹਾ ਸਾ ਲੋਕਾਂ ਨੂੰ ਇਹ ਪੂਰਾ ਵਧੀਆ ਮਤਲਬ ਵੀ ਸਹੂਲਤ ਦੇਊਗੀ। ਆਪਾਂ ਤੁਹਾਡਾ ਪ੍ਰੋਜੈਕਟ ਵੱਲ ਵੀ ਚੱਲਦੇ ਹਾਂ ਬਾਪੂ, ਤਾਂ ਇੱਧਰਲੇ ਪਾਸੇ ਜ਼ਮੀਨ ਬਾਪੂ, ਜਿਹੜਾ ਇਹ ਝੋਨਾ ਲੱਗਿਆ ਹੈ ਨਾ, ਜਿਵੇਂ ਤੁਸੀਂ 2 ਕਿੱਲੇ ਤਾਂ ਇੱਧਰਲੇ ਪਾਸੇ ਤੁਸੀਂ ਹੁਣ ਆ ਸਾਰਾ ਸਿਸਟਮ ਚੱਲੀ ਜਾਂਦਾ, ਫਿਰ ਉਹ 4 ਕਿੱਲਿਆਂ ਦੇ ਵਿੱਚ ਤੁਹਾਡਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਤੁਸੀਂ ਦੱਸ ਜਿਹੜਾ ਡ੍ਰੀਮ ਪ੍ਰੋਜੈਕਟ ਆ ਤੁਹਾਡਾ, ਇਹ ਇੱਥੇ ਸ਼ੁਰੂ ਕਰਨਾ? ਫਿਰ ਇਹ ਫਿਰ ਹੁਣ ਆਹ ਲਾਈਨ ਜਿਹੜੀ ਇੱਧਰ ਤਾਂ ਨੈਟ ਸ਼ੈਲਟਰ ਬਣ ਜੂ, ਦੂਜੇ ਪਾਸੇ ਉਹ ਕਰ ਲਾਂਗੇ, ਇੱਧਰ ਸਾਂ ਬਣਾਉਣੀ ਆ ਤੁਸੀਂ 3 ਕਿੱਲਿਆਂ ਦੀ ਲਾਮ 'ਚ। ਆਪਾਂ ਤੁਹਾਨੂੰ ਦਿਖਾਉਂਦੇ ਹਾਂ ਪਹਿਲਾਂ ਬਾਪੂ ਦਾ ਜਿਹੜਾ ਹੈਗਾ ਹੁਣ ਆਹ ਡ੍ਰੀਮ ਪ੍ਰੋਜੈਕਟ ਆ। ਬਾਪੂ ਕਹਿੰਦਾ ਮੂੰਹ 'ਚੋਂ ਨਿਕਲਿਆ, ਬਾਬੇ ਨਾਨਕ ਨੇ ਜਿਹੜਾ ਹੈ ਕਢਾਇਆ ਤਾਂ ਜਿਉਂਦਾ ਜਿਉਂਦਾ ਮੈਂ ਜਿਹੜਾ ਹੈਗਾ ਉਹ ਜ਼ਰੂਰ ਦੇਖਣਾ ਚਾਹੁੰਦਾ। ਹਾਂ ਬਸ ਬਿਲਕੁਲ। ਅਤੇ ਇੱਧਰਲੇ ਪਾਸੇ ਆ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਜਾ ਕੇ ਆਪਾਂ ਗੱਲਬਾਤ। ਤਾਂ ਬਾਪੂ ਫਿਰ ਇਹ ਜਿਹੜਾ ਆਹ ਸਾਰੇ ਖੇਤ ਆ ਤੁਹਾਡੇ,
ਇਹੋ ਜਿਹੜਾ ਚੀਜ਼ਾਂ ਪਿੱਛੇ ਜਿਵੇਂ ਮੰਨ ਲਓ ਆਪਾਂ ਉਹ ਟਾਲੀਆਂ ਤੋਂ ਲੈ ਕੇ ਆ ਕੇ ਘਰ ਤੋਂ ਲੈ ਕੇ ਇੱਥੇ ਕੀ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਕਿਵੇਂ ਕਰਨਾ ਮੰਨ ਲਓ ਕੀ ਕਰਨਾ ਚਾਹੁੰਦੇ ਇਹ ਜਿਵੇਂ ਵੇਖ ਕਾਕਾ ਉਹ ਹੈ ਉਹ ਆ ਗਈ ਹੈ ਐਮਰਜੈਂਸੀ ਹਾਂਜੀ ਉਹ ਜਿੱਥੇ ਡਬਲ ਦਰਖਤ ਖੜੇ ਹੈ ਹਾਂਜੀ 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 ਤੇ ਉਹ ਅਗਲੇ ਝਾੜ ਜੇ ਤੱਕ ਆਪਣੀ ਵੱਟ ਹੈ ਠੀਕ ਹੈ ਠੀਕ ਹੈ ਉਦੋਂ ਥੋੜ੍ਹਾ ਜਿਹਾ ਅੱਗੇ ਠੀਕ ਹੈ ਉੱਥੋਂ ਆਪਾਂ ਫਿਰ ਉੱਥੋਂ ਸ਼ੁਰੂ ਕਰਾਂਗੇ 3 ਕਿੱਲਿਆਂ ਦੀ ਲਾਮ ਹੈ ਇਹ ਠੀਕ ਹੈ ਜੀ 3 ਕਿੱਲਿਆਂ ਦੀ ਲਾਮ ਇਹ ਹੋ ਗਈ 4 × 12 120 ਕਰਮਾ ਹੋ ਗਈ ਹਾਂਜੀ 120 ਕਰਮਾ ਹੋ ਗਈ ਅਤੇ ਇਹ ਗਾਂਹ ਉਹਦੇ ਫੁੱਟ ਬਣਾ ਲਓ ਇਹਦੇ 'ਚ ਜੇ ਇੱਕ ਕਰਮ ਦੇ ਵਿੱਚ ਵੀ ਇਹ ਕੋਈ 100 ਕਮਰਾ ਬਣੇ ਅਤੇ ਡਬਲ ਬਣਾ ਕੇ ਵਿੱਚ ਗੈਲਰੀ ਛੱਡ ਕੇ ਡਬਲ ਬਣ ਜਾਵੇ 4 ਕੁ ਮੰਜ਼ਿਲੀ ਦੇ ਵਿੱਚ ਸਾਨੂੰ ਮੈਨੂੰ ਲੱਗਦਾ ਵੀ 550 ਕਮਰਾ ਬਣ ਜੂ ਮਤਲਬ ਕਿ ਤੁਹਾਡਾ ਚਾਹੁੰਦੇ ਹੋ ਤੁਸੀਂ ਵੀ 550 ਕਰਮਾ ਉਹਦਾ ਬਣਾਉਣਾ ਹੀ ਬਣਾਉਣਾ ਹੁਣ ਉਹਦਾ ਛੱਡਦਾ ਉਹ ਤਾਂ ਬਾਬੇ ਨਾਨਕ ਨੇ ਬਣਾਉਣਾ ਹੀ ਬਣਾਉਣਾ ਜਦੋਂ ਮੂੰਹ 'ਚੋਂ ਵੇਖੋ ਪੁੱਤਰ ਗੱਲ ਸੁਣ ਮੈਨੂੰ ਪਤਾ ਨਹੀਂ ਸੀ ਮੈਂ ਇੱਥੇ ਮਾੜਾ ਜਿਹਾ ਇਸੇ ਬੋਰ 'ਤੇ ਬੈਠੇ ਗਿਆ ਸੀ ਵੀ ਕਾਕਾ ਤੁਸੀਂ ਜਾਓ ਤੁਹਾਡਾ ਕੰਮ ਹੋ ਗਿਆ ਅੱਛਾ ਜਿਹੜੇ ਮੈਂ ਆਹ ਦਿਖਾਈ ਆਹੀ ਇਸੇ ਬੋਰ ਦੇ ਉੱਤੇ ਆ ਕੇ ਤੁਹਾਨੂੰ ਜਿਹੜੇ ਉਦੋਂ ਸਿੰਘ ਮਿਲੇ ਸੀਗੇ ਇੱਥੇ ਹੀ ਮਿਲੇ ਵੀ ਭਾਈ ਸੋਚਿਆ ਤੇ ਨਹੀਂ ਸੋਚਿਆ ਤਾਂ ਤੁਸੀਂ ਕਿਹਾ ਤੁਸੀਂ ਜਾਓ ਤੇ ਤੁਹਾਡਾ ਕੰਮ ਹੋ ਗਿਆ ਤੁਹਾਡਾ ਕੰਮ ਹੋ ਗਿਆ ਮੈਂ ਕਿਹਾ ਜਾਓ ਉਹਨਾਂ ਕੋਲ ਬਹੁਤਾ ਮੈਂ ਕਿਹਾ ਵੀ ਚਾਹ ਪੀਣੀ ਤਾਂ ਰੁਕ ਜਾਓ ਉਹ ਆਉਂਦੇ ਚੰਗਾ ਬਾਬਾ ਜੀ ਫਿਰ ਅਸੀਂ ਚੱਲੇ ਅਤੇ ਜੇ ਉਹ ਆਪਾਂ ਵੇਖੋ ਅੱਜ ਕਿੱਡਾ ਵੱਡਾ ਸਿਸਟਮ ਬਣ ਗਿਆ ਹਾਂਜੀ 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 ਅਤੇ ਉਹੀ ਹੈ ਜੀ ਹੁਣ ਆਪਾਂ ਵੇਖੋ ਮੁਸ਼ਕਲ ਤਾਂ ਵੱਡੀ ਹੁੰਦੀ ਹੈ ਇਹੋ ਜਿਹੇ ਕੰਮ ਨੂੰ ਸ਼ੁਰੂ ਵਧੀਆ ਪੁਆਇੰਟ 'ਤੇ ਜਗ੍ਹਾ ਦੀ ਮੁਸ਼ਕਲ ਹੈ ਨਾ ਬਿਲਕੁਲ ਵੀ ਜਗ੍ਹਾ ਨਹੀਂ ਮਿਲਦੀ ਜੇ ਆਪਾਂ ਕਹੀਏ ਵੀ ਜਗ੍ਹਾ ਇੱਥੇ ਕੋਈ ਕਹੇ ਥੋੜ੍ਹੀ ਤਾਂ 550 ਕਮਰਾ ਬਣ ਜੂ ਨਹੀਂ ਬਣ ਜੂ ਹੁਣ ਜਗ੍ਹਾ ਆਪਣੀ 1 ਏਕੜਾਂ 'ਚ ਪਈ ਹੈ ਇੱਥੇ ਠੀਕ ਹੈ ਹੁਣ ਜਗ੍ਹਾ ਹੈਗੀ ਹੈ ਜੇ 3 ਏਕੜ ਦੇ ਵਿੱਚ ਬਣ ਜੂ ਤਾਂ 1 ਏਕੜਾਂ ਸ਼ੁਰੂ ਕਰ ਦਿਆਂਗੇ ਸੁਪਨਾ ਵੀ ਇਹ ਹੈ ਵੀ ਸੱਚੇ ਪਾਤਸ਼ਾਹ 1 ਏਕੜਾਂ ਸ਼ੁਰੂ ਕਰਵਾ ਦੇ ਅਤੇ ਉਹਨੂੰ ਚੱਲਦੀ ਨੂੰ ਵੀ ਵੇਖਣਾ ਚੱਲਦੀ ਨੂੰ ਉਹਦਾ ਬਾਪੂ ਅਰਬਾਂ ਰੁਪਏ ਦਾ ਕੰਮ ਆ ਉਹ ਵੀ ਮੇਰੀ ਗੱਲ ਸੁਣ ਕਾਕਾ ਇਹ ਅਰਬਾਂ ਵੇਖ ਮੈਂ ਇੱਕ ਸਧਾਰਨ ਜ਼ਿਮੀਂਦਾਰ ਦਾ ਸੀ ਪੁੱਤਰ ਹੈਂ ਅਤੇ ਮੇਰੇ ਹੱਥਾਂ 'ਚੋਂ ਵੀ ਅਰਬਾਂ ਹੀ ਨਿਕਲੇ ਆ ਅਤੇ ਬਾਪੂ ਹਾਂ ਆਪੇ ਬਾਬਾ ਨਾਨਕ ਨੂੰ ਇਹ ਕਹਿੰਦੇ ਹਾਂ ਭਾਵੇਂ ਹੁਣ ਮੇਰਾ ਸਰੀਰ ਬੁੱਢਾ ਹੋ ਗਿਆ ਇਨਕਮ ਸੋਰਸ ਜਿਹੜੇ ਆ ਉਹ ਮੇਰੇ ਹੁਣ ਬੰਦ ਹੈ ਠੀਕ ਹੈ ਮੇਰੇ ਕੋਲ ਪ੍ਰੋਪਰਟੀ ਪਈ ਹੈ ਹੈਂ ਅਤੇ ਜੇ ਬਾਬੇ ਨਾਨਕ ਨੇ ਪਹਿਲਾਂ ਮੈਨੂੰ ਮੈਂ ਕਿਹੜਾ ਕਦੇ ਸੋਚਿਆ ਸੀ ਵੀ ਮੈਂ ਫੈਕਟਰੀਆਂ ਲਾ ਲਊਂ ਉੱਥੇ ਵੀ ਤੁਹਾਨੂੰ ਲਿਜਾਨੇ ਆ ਵਿਖਾਉਣੇ ਆ ਤੁਸੀਂ ਵੇਖੋਗੇ ਬਠਿੰਡੇ ਹੀ 2 ਨੰਬਰ ਦੀ ਫੈਕਟਰੀ ਸੀ ਮੇਰੀ ਹੈਂ ਮਤਲਬ ਤੁਸੀਂ ਆਪਦੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜਾ ਹੈਗਾ ਨਾ ਹੁਣ ਮਰੀਜ਼ਾਂ ਦੇ ਨਾਂ ਹੀ ਲਾ ਇਹ ਗੁਰਦੁਆਰੇ ਨੂੰ ਦੇਣੀ ਹੈ ਅਤੇ ਬਸ ਆਹ ਸਾਰੀ ਇਹ ਹਾਂ ਤੁਹਾਡੀ ਕਮਾਈ ਤੁਹਾਡੀ ਪ੍ਰੋਪਰਟੀ ਸਾਰੀ ਗੁਰੂ ਘਰ ਦੇ ਸਾਰਾ ਕੁਛ ਹੀ ਦੇਣਾ ਸਿਸਟਮ ਇਹੋ ਜਿਹਾ ਵਧੀਆ ਬਣਾ ਦੇਣਾ ਵੀ ਜਿਹੜਾ ਦੂਰੋਂ ਵੀ ਕਹਿਣ ਵੀ ਮਰੀਜ਼ ਯਾਰ ਉੱਥੇ ਜੀ AMH ਦੇ ਵਿੱਚ ਐਡਮਿਸ਼ਨ ਮਿਲਦੀ ਉੱਥੇ ਲੈ ਜਾਓ ਕਮ ਸੇ ਕਮ ਮਰੀਜ਼ ਤਾਂ ਉੱਥੇ ਹੋਊ ਦੂਜਿਆਂ ਨੂੰ ਤਾਂ ਪਰੇਸ਼ਾਨੀ ਨਾ ਆਊਗੀ ਬਿਲਕੁਲ ਇਹੋ ਜਿਹੇ ਵਧੀਆ ਇਹੋ ਜਿਹਾ ਨਹਾਉਣ ਧੋਣ ਦਾ ਸਿਸਟਮ ਬਣਾਉਣਾ ਪੂਰਾ ਨੀਟ ਐਂਡ ਕਲੀਨ ਹੋਊਗਾ ਵਧੀਆ ਇਹਨਾਂ ਦੇ ਬਾਥਰੂਮਾਂ 'ਚ ਕਈ ਵਾਰੀ ਇਹ ਹੁੰਦਾ ਸਰਕਾਰੀ 'ਚ ਕੋਈ ਉਹ ਨਹੀਂ ਦੇਖ ਰੇਖ ਨਹੀਂ ਹੁੰਦੀ ਉਨੀ ਹਾਂ ਅਤੇ ਅਸੀਂ ਤਾਂ ਆਟੇ 'ਚੋਂ ਖਿੱਚ ਦਿਆਂਗੇ ਆਟੇ 'ਚੋਂ ਵਾਲ ਕੱਢ ਦਿਆਂਗੇ ਪੂਰੀ ਇੱਥੇ ਸਫਾਈ ਹੋਊਗੀ ਠੀਕ ਹੈ ਨਾ ਥੋੜ੍ਹਾ ਜਿਹਾ ਜਿਵੇਂ ਹੁਣ 1 ਬੰਦੇ ਦੇ 10-20 ਰੁਪਏ ਨਾਈਟ ਦੇ 'ਚ ਜਿਹੜਾ ਸ਼ੈਲਟਰ ਉਹਦੇ ਸਫਾਈ ਚਾਰਜ ਜ਼ਰੂਰ ਲਾਵਾਂਗੇ ਬਿਲਕੁਲ ਠੀਕ ਹੈ ਨਾ ਅਤੇ ਪੂਰਾ ਸਿਸਟਮ ਵਧੀਆ ਇੱਥੇ ਲੰਗਰ ਹੋਊ ਅਤੇ ਤਰ੍ਹਾਂ ਤਰ੍ਹਾਂ ਦਾ ਹੋਊ ਇੱਕ ਜਿਹੜਾ ਹੈਗਾ ਲਾਸਟ ਸਵਾਲ ਆਪਾਂ ਪੁੱਛਦੇ ਹਾਂ ਉਦੋਂ ਬਾਅਦ ਤੁਹਾਡੀ ਇੱਕ ਹੋਰ ਵੀਡੀਓ ਵੀ ਕਰਨੀ ਹੈ ਨਾ ਮੈਂ ਪੁੱਛਦਾ ਮੋਦੀ ਨੇ ਵੀ ਆਉਣਾ ਕਹਿੰਦੇ 1-2 ਮਹੀਨਿਆਂ ਬਾਅਦ ਹੈਗਾ ਕੋਈ ਹਾਂ ਮੋਦੀ ਸਾਹਿਬ ਆਉਂਦੇ ਆ ਜੇ ਉਦਘਾਟਨ ਇਹਦਾ ਕਰਨਾ AMH ਦਾ ਹਜੇ ਕਰਨਾ ਅਜੇ ਇਹਦੀ ਜਿਹੜੀ ਹੈ ਨਾ ਇਹਦੀ ਆ ਐਮਰਜੈਂਸੀ ਆਈਪੀਡੀ ਜੀ ਨੂੰ ਕਹਿੰਦੇ ਇਹਦਾ ਉਦਘਾਟਨ ਨਹੀਂ ਹੋਇਆ ਇਹਦਾ ਡਾਇਰੈਕਟਰ ਸਾਹਿਬ ਨੇ ਉਦੋਂ ਥੋੜ੍ਹਾ ਜਿਹਾ ਕਰਕੇ ਇਹਦੇ ਬਾਅਦ ਸ਼ੁਰੂ ਕਰਤਾ ਇਹ ਉਦਘਾਟਨ ਤਾਂ ਮੋਦੀ ਸਾਹਿਬ ਨੇ ਕਰਨਾ ਆ ਕੇ ਮਤਲਬ ਕਿ ਤੁਹਾਡਾ ਵੀ ਜਿਵੇਂ ਆਪਾਂ ਪਹਿਲਾਂ ਗੱਲਾਂ ਕਰੇ ਤੁਹਾਡਾ ਡ੍ਰੀਮ ਆ ਵੀ ਉਦੋਂ ਜਦੋਂ ਉੱਧਰ ਆਉਣਾ ਤਾਂ ਉਦੋਂ ਆਪਾਂ ਦਿਖਾ ਦੇਈਏ ਵੀ ਜਿਹੜਾ ਸਿੱਖ ਕਿਸ ਤਰ੍ਹਾਂ ਜਿਹੜਾ ਸੇਵਾ ਕਰਦੇ ਆ ਉਦੋਂ ਨੂੰ ਫਿਰ ਇਹ ਹੈ ਵੀ ਜਦੋਂ ਨੂੰ ਮੋਦੀ ਸਾਹਿਬ ਨੇ ਆਉਣਾ ਤਾਂ ਕਮ ਸੇ ਕਮ ਉਹਦੀ ਨਿਗਾਹ 'ਚ ਇਹ ਆ ਜੇ ਵੀ ਭਾਈ ਅਜੇ ਸਾਡੀ ਤਾਂ ਕੰਟਰੀ ਚੱਲੀ ਨਹੀਂ ਤੇ ਸਿੱਖਾਂ ਨੇ ਪਹਿਲਾਂ ਹੀ ਆਪਦਾ ਸਿਸਟਮ ਸ਼ੁਰੂ ਕਰਤਾ ਬਿਲਕੁਲ ਸਾਡੇ ਜਿਹੜੇ ਪਰਉਪਕਾਰ ਜਿਹੜਾ ਸਾਡੇ ਗੁਰੂ ਸਭਾ ਨੇ ਸਿਖਾਇਆ ਦੁਨੀਆਂ 'ਤੇ ਕਰਨਾ ਉਹ ਜੇ ਮੈਂ ਜੇ ਕਿਸੇ ਮਿਲਣ ਤਾਂ ਕਿਹਨੇ ਦੇਣਾ ਹਾਂ ਤੁਹਾਨੂੰ ਪਤਾ ਹੀ ਹੈ ਅਤੇ ਜੇ ਕਿਤੇ ਇਹ ਕਹਿੰਦਾ ਨਾ ਵੀ ਮੈਂ ਵੀ ਮੋਦੀ ਸਾਹਿਬ ਨੂੰ ਫਤਿਹ ਬੁਲਾਉਣ ਦਾ ਮੈਨੂੰ ਟਾਈਮ ਦੇ ਦਿਓ ਤਾਂ ਮੈਂ ਇਹੀ ਗੱਲ ਕਹਿਣੀ ਹੈ ਵੀ ਤੁਸੀਂ ਇੱਥੇ ਡਾਕਟਰ ਦਿਓ ਤੁਸੀਂ ਇੱਥੇ ਮਸ਼ੀਨਾਂ ਦਿਓ ਔਜ਼ਾਰ ਦਿਓ ਅਤੇ ਇਹਨਾਂ ਦਾ ਰੋਟੀ ਪਾਣੀ ਦਾ ਜਿਹੜਾ ਸਿਸਟਮ ਹੈ ਨਾ ਖਾਣ ਪੀਣ ਦਾ ਉਹ ਸਾਡੇ ਗੁਰਦੁਆਰੇ ਦੇ
ਪੇਟੇ ਛੱਡ ਦਿਓ ਬਹੁਤ ਹਾਂਜੀ ਬਿਲਕੁਲ ਹਾਂ ਇਹਨਾਂ ਦੇ ਰਹਿਣ ਬਹਿਣ ਦਾ ਵੀ ਤੁਸੀਂ ਸਾਡੇ ਪੇਟੇ ਛੱਡ ਦਿਓ ਆਪਦਾ ਨਾਈਟ ਸ਼ੈਲਟਰ ਬਣਾਓ ਨਾ ਬਣਾਓ ਸਾਡੇ ਤਿਆਰ ਹਾਂ ਸਾਡੇ ਤਿਆਰ ਹੈ ਇੱਥੇ ਅਸੀਂ ਪੂਰਾ ਕਿਸੇ ਨੂੰ ਤਕਲੀਫ ਆਉਣੀ ਹੁਣ ਵੇਖੋ ਹੁਣ ਘੱਟੋ ਘੱਟ 6-7 ਹਜ਼ਾਰ ਬੰਦਾ ਆਉਂਦਾ ਇਹਨਾਂ ਦੇ ਅੰਦਰ ਤਾਂ ਚਾਹ ਦੀ ਵੀ ਦੁਕਾਨ ਹੈ ਨਹੀਂ ਬਿਲਕੁਲ ਬਾਪੂ ਉਹੀ ਤਾਂ ਮੈਂ ਉਹਨੂੰ ਹੁਣ ਅਸੀਂ ਸਾਂਭੀ ਜਾਂਦੇ ਹਾਂ ਸਾਰਿਆਂ ਨੂੰ ਪੂਰਾ ਭੋਜਨ ਦਿੰਦੇ ਹਾਂ ਸਵੇਰੇ ਵੀ ਦਿੰਦੇ ਹਾਂ ਸ਼ਾਮ ਨੂੰ ਵੀ ਦਿੰਦੇ ਹਾਂ ਅਤੇ ਅਸੀਂ ਹੁਣ ਇਹਨਾਂ ਦੇ ਤਿਆਰ ਹੋਣ ਤੋਂ ਪਹਿਲਾਂ ਨਾਈਟ ਸ਼ੈਲਟਰ ਦੇ ਸਾਰਾ ਸਿਸਟਮ ਰਹਿਣ ਦਾ ਬਹਿਣ ਦਾ ਨਹਾਉਣ ਦਾ ਧੋਣ ਦਾ ਸਾਰਾ ਤਿਆਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਬਾਪੂ ਤੁਸੀਂ ਗੱਲਬਾਤ ਕੀਤੀ ਸੋ ਇਹ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਆਪਾਂ ਗੱਲ ਕਰੀਏ ਆਪਦੀ ਜ਼ਮੀਨ ਆ ਜਿਹੜੀ ਜਾਇਦਾਦ ਆ ਉਹ ਵੀ ਜਿਹੜਾ ਹੈ ਗੁਰੂ ਘਰ ਨੂੰ ਦਾਨ ਕੀਤੇ ਉਦੋਂ ਪਹਿਲਾਂ ਕਿ ਇਹਨਾਂ ਨੇ ਜਿਹੜਾ ਹੈਗੇ ਕੈਨੀ ਤੋਂ ਲੰਗਰ ਜਿਹੜਾ ਹੈਗਾ ਅੰਦਰ ਚਲਾਇਆ ਸੀ ਅਤੇ ਅੱਜ ਵੀ ਚੱਲਦਾ ਜਿਸ ਤਰ੍ਹਾਂ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਲਗਭਗ 600 ਸਾਲ ਹੋਣ ਵਾਲੇ ਆ ਹੈ ਨਾ ਤਾਂ ਉਦੋਂ ਦਾ ਜਿਹੜਾ ਗੁਰੂ ਦਾ ਲੰਗਰ ਆ ਅੱਜ ਤੱਕ ਨਹੀਂ ਮੁੱਕਿਆ ਉਸ ਤਰ੍ਹਾਂ ਹੀ ਦੇਖ ਲਓ ਵੀ ਜਿੱਥੇ ਦੁਨੀਆਂ ਦੇ ਵਿੱਚ ਪਾਪ ਕਮਾਉਣ ਵਾਲੇ ਬੰਦੇ ਬਹੁਤ ਹੈ ਉੱਥੇ ਜਿਹੜਾ ਪੁੰਨ ਵਾਲੇ ਹੀ ਬਥੇਰੇ ਆ ਜਿੱਥੇ ਇੱਕ ਇਹ ਵੀ ਦੁਨੀਆਂ ਜਿੱਥੇ ਬੰਦਾ ਰੁਪਈਏ ਮੰਗਰ ਵੀ ਬੰਦੇ ਨੂੰ ਮਾਰਨ ਦਾ ਤੱਕ ਜਾਂਦਾ ਹੈ ਨਾ ਇੱਕ ਪਾਸੇ ਉਹ ਵੀ ਹੈ ਜਿੱਥੇ ਲੋਕ ਕਰੋੜਾਂ ਅਰਬਾਂ ਰੁਪਇਆ ਜਿਹੜਾ ਹੈਗਾ ਮਨੁੱਖਤਾ ਦੇ ਨਾਮ ਹੀ ਲਾ ਜਾਂਦੇ ਆ ਸੋ ਇਹੋ ਜਿਹੇ ਬਜ਼ੁਰਗਾਂ ਨੂੰ ਸਾਡਾ ਬਹੁਤ ਬਹੁਤ ਪ੍ਰਣਾਮਾ ਮੈਂ ਆਸ ਕਰਦਾ ਜਦੋਂ ਤੁਸੀਂ ਏਮਜ਼ ਦੇ ਵਿੱਚ ਆਓਗੇ ਤਾਂ ਨਾਲ ਗੁਰੂ ਘਰ ਬਣਿਆ ਹੋਇਆ ਇੱਧਰ ਵੀ ਜ਼ਰੂਰ ਗੇੜਾ ਮਾਰ ਕੇ ਜਾਇਓ ਅੰਦਰ ਵੀ ਜਿਹੜਾ ਹੈਗਾ ਬੋਰਡ ਥੱਲੇ ਲੰਗਰ ਜਿਹੜਾ ਹੈਗਾ ਛੱਕ ਕੇ ਜਾਇਓ ਹਮੇਸ਼ਾ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਸਾਨੂੰ ਜਿਹੜਾ ਹੈਗਾ ਪ੍ਰਮੋਟ ਕਰਨਾ ਚਾਹੀਦਾ ਸਾਡੇ ਲੋਕਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਨੁੱਖਤਾ ਜਿਹੜੀ ਹੈਗੀ ਬਚੀ ਰਹੇ ਸੋ ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ ਗੁਰਪ੍ਰੀਤ ਕੋਟਲੀ ਯੂਟਿਊਬ ਚੈਨਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।